ਨਮਸਕਾਰ, ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ, ਮੈਂ ਪਰਮ ਭਾਰਦਵਾਜ। ਅੱਜ ਦਸੂਹਾ ਪਿੰਡ ਹੁਸ਼ਮਾਨ ਸ਼ਹੀਦ ਵਿਖੇ ਪੱਛਮੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕ੍ਰਿਸਚਨ ਨੈਸ਼ਨਲ ਫਰੰਟ ਬਲਾਕ ਦਸੂਹਾ, ਪਾਸਟਰ ਐਸੋਸੀਏਸ਼ਨ ਦਸੂਹਾ ਅਤੇ ਯੂਥ ਵਿੰਗ ਦੇ ਸਹਿਯੋਗ ਨਾਲ SDA ਚਰਚ ਦਾ ਉਪ ਪ੍ਰਧਾਨ ਸੋਨ ਮਸੀਹ ਦੀ ਅਗਵਾਈ ਵਿੱਚ ਹੋਇਆ। ਇਸ ਸ਼ੋਭਾ ਯਾਤਰਾ ਦਾ ਆਰੰਭ ਪ੍ਰਭੂ ਦੇ ਦਾਸ ਪਾਸਟਰ ਕਰਮ ਭੱਟੀ ਜੀ ਨੇ ਪ੍ਰਾਰਥਨਾ ਨਾਲ ਕੀਤਾ ਅਤੇ ਸਭਨਾਂ ਨੂੰ ਪ੍ਰਭੂ ਦੇ ਵਚਨਾਂ ਨਾਲ ਜੋੜਿਆ। ਇਹ ਸ਼ੋਭਾ ਯਾਤਰਾ ਦਸੂਹਾ ਦੇ ਅਲੱਗ ਅਲੱਗ ਬਾਜ਼ਾਰ ਵਿੱਚੋਂ ਹੁੰਦੀ ਹੋਈ CNI ਚਰਚ ਦਾਣਾ ਮੰਡੀ ਵਿਖੇ ਸੰਪੰਨ ਹੋਈ। ਇਸ ਸ਼ੋਭਾ ਯਾਤਰਾ ਵਿੱਚ ਆਏ ਹੋਏ ਕੌਮੀ ਲੀਡਰਾਂ ਨੇ ਸਭ ਮਸੀਹ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਪ੍ਰਭੂ ਦੇ ਦਾਸ ਪਾਸਟਰ ਵਿਲੀਅਮ ਜੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੇ ਨਾਲ ਦਸੂਹਾ ਤੋਂ ਨਰਿੰਦਰ ਪਾਂਡੇ ਦੀ ਰਿਪੋਰਟ। ਕਰਦਾ ਕਿ ਤੁਸੀਂ ਰਾਜ ਪੱਧਰੀ ਕ੍ਰਿਸਮਸ ਸਮਾਗਮ ਤਾਂ ਨਹੀਂ ਕੀਤਾ, ਜਿਹਦਾ ਸਾਨੂੰ ਦੁੱਖ ਆ ਕਿ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ। ਪਰ ਜੇ ਤੁਸੀਂ ਉਹ ਨਹੀਂ ਕਰ ਸਕੇ, ਕਿਰਪਾ ਕਰਕੇ ਮਸੀਹ ਭਾਈਚਾਰੇ ਨੂੰ ਇੱਕ ਪੈਕਟ ਦੇ ਦਿਓ ਤਾਂ ਕਿ ਅਸੀਂ ਯਰੂਸ਼ਲਮ ਦੇ, ਅਸੀਂ ਇਸਰਾਇਲ ਦੇ ਦਰਸ਼ਨ ਕਰ ਸਕੀਏ ਜਿੱਥੇ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ। ਪਲੇਟਫਾਰਮ ਹੁਣ ਬਹੁਤ ਵੱਡਾ ਹੈ, ਇਹ ਨੈਸ਼ਨਲ ਲੈਵਲ ਦਾ ਪਲੇਟਫਾਰਮ ਹੈ। ਇਹ ਹੁਣ ਕੋਈ ਪਿਛਲੇ ਦਾ ਨਹੀਂ, ਇੱਕ ਬਲਾਕ ਦਾ ਪਲੇਟਫਾਰਮ ਨਹੀਂ ਹੈ। ਇਹ ਉਹੀ ਤੁਹਾਡਾ ਬੱਚਾ ਜਿਹਨੂੰ ਤੁਸੀਂ 25 ਸਾਲ ਪਹਿਲਾਂ ਆਸ਼ੀਰਵਾਦ ਦਿੱਤਾ ਸੀ, ਤੁਸੀਂ ਚੁਣਿਆ ਸੀ ਪਾਸਪਾਨਾਂ ਨੇ ਔਰ ਤੁਸੀਂ ਅੱਗੋਂ ਤੱਕ ਲੈ ਕੇ ਗਏ। ਉਹ ਸਫ਼ਰ ਹਾਲੇ ਬਹੁਤ ਬਾਕੀ ਆ, ਹਾਲੇ ਬਹੁਤ ਸਾਰੀਆਂ ਮੰਜ਼ਿਲਾਂ ਤੈਅ ਕਰਨੀਆਂ ਨੇ, ਹਾਲੇ ਬੜੇ ਸਾਰੇ ਕੰਮ ਕਰਨੇ ਨੇ ਜਿਹੜੇ ਇੱਕ ਦਿਨ 'ਚ ਨਹੀਂ ਹੋਣੇ, ਉਹਨੂੰ ਸਮਾਂ ਲੱਗੇਗਾ। ਪਰ ਜੇਕਰ ਤੁਹਾਡਾ ਸਭਨਾਂ ਦਾ ਸਾਥ ਰਿਹਾ ਤਾਂ ਮੈਂ ਵਿਸ਼ਵਾਸ ਕਰਦਾ ਪਿਤਾ ਪੁੱਤਰ ਪਵਿੱਤਰ ਆਤਮਾ ਔਰ ਪਵਿੱਤਰ ਬਾਈਬਲ ਦਾ ਸਨਮਾਨ ਦੁਨੀਆਂ ਵਿੱਚ ਘੱਟ ਨਹੀਂ ਹੋਣ ਦੇਵਾਂਗੇ। ਉਹ ਚਾਹੇ ਕੋਈ ਵੀ ਹੋਵੇ, ਅਸੀਂ ਇਸ ਚੀਜ਼ ਦਾ ਅਪਮਾਨ ਨਹੀਂ ਹੋਣ ਦੇਵਾਂਗੇ। ਪਰ ਫਿਰ ਤੁਹਾਨੂੰ ਸਭ ਨੂੰ ਇਸ ਕ੍ਰਿਸਮਸ ਦੀ ਤੇ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਪਰਮ ਸਤਿਕਾਰਯੋਗ ਰੱਬ ਦੇ ਦਾਸ ਅਤੇ ਸਮੂਹ ਸੰਗਤ ਅਤੇ ਇਲਾਕੇ ਦੇ ਪਤਵੰਤੇ ਉਸ ਇਸ ਨਗਰ ਦੀ ਪੰਚਾਇਤ, ਆਪ ਸਭ ਜੀ ਨੂੰ ਬਹੁਤ ਬਹੁਤ ਇਸ ਜਨਮਦਿਨ ਦੀ ਖੁਸ਼ੀ ਵਿੱਚ ਦਿਹਾੜੀ ਦੇ ਵਧਾਈਆਂ। ਸੋ ਬੀਤੇ ਸਮਿਆਂ 'ਚ ਜੋ ਅਸੀਂ ਸਭ ਨੇ ਰਲ ਮਿਲ ਕੇ ਇਸ ਸ਼ੋਭਾ ਯਾਤਰਾ ਦਾ ਉਪਰਾਲਾ ਕੀਤਾ, ਉਹਦੇ ਵਿੱਚ ਰੱਬ ਦੇ ਦਾਸ, ਨਗਰਾਂ ਦੇ ਲੋਕ, ਸਮੂਹ ਸੰਗਤ, ਆਪ ਸਭ ਜੀ ਨੇ ਬਹੁਤ ਸਾਰਾ ਇਸ ਸ਼ੋਭਾ ਯਾਤਰਾ ਨੂੰ ਸੰਯੋਗ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਬੀਤੇ ਸਮੇਂ 'ਚ ਜੋ ਸਾਡਾ ਸਾਰਿਆਂ ਦਾ ਸੰਯੋਗ ਰਿਹਾ, ਬੀਤੇ ਸਮੇਂ 'ਚ ਵੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਉਸ ਸੰਯੋਗ ਨੂੰ ਕਾਇਮ ਰੱਖਾਂਗੇ ਔਰ ਇਸ ਇਲਾਕੇ ਨੂੰ, ਇਸ ਪਿੰਡ ਨੂੰ, ਆਏ ਹੋਏ ਪਾਸਟਰਾਂ ਨੂੰ, ਆਈ ਹੋਈ ਸਾਰੀ ਸੰਗਤ ਨੂੰ, ਸਾਡੇ ਵੱਲੋਂ ਪੂਰੀ ਕ੍ਰਿਸਚਨ ਕਮਿਊਨਿਟੀ ਨੂੰ, ਕ੍ਰਿਸਚਨ ਨੈਸ਼ਨਲ ਫਰੰਟ ਬਲਾਕ ਸੂਬੇ ਦੇ ਸਾਰੇ ਆਗੂਆਂ ਨੂੰ
ਇੱਕ ਵਾਰ ਫਿਰ ਸਭ ਨੂੰ ਜੈਮ ਸੀ ਦੀ। ਹਾਂਜੀ ਸਰ, ਹਾਂਜੀ, ਅੱਜ ਪੇਂਡੂ ਸਮਾਜ ਸ਼ਹੀਦ ਤੋਂ 25ਵੀਂ ਵਿਸ਼ਾਲ ਕ੍ਰਿਸਮਸ ਸ਼ੋਭਾ ਯਾਤਰਾ ਕ੍ਰਿਸਚਨ ਨੈਸ਼ਨਲ ਫਰੰਟ ਬਲਾਕ ਦਸੂਹਾ ਕਮੇਟੀ ਅਤੇ ਪਾਸਟਰ ਐਸੋਸੀਏਸ਼ਨ ਦਸੂਹਾ ਦੀ ਅਗਵਾਈ ਵਿੱਚ ਮਸੀਹ ਭਾਈਚਾਰਾ ਕੱਢ ਰਿਹਾ। ਔਰ ਮੈਂ ਅੱਜ ਇਹ ਕ੍ਰਿਸਮਸ ਨੂੰ ਸਮਰਪਿਤ ਸ਼ੋਭਾ ਯਾਤਰਾ ਦੇ ਮੌਕੇ 'ਤੇ ਮੈਂ ਸਮੂਹ ਦੇਸ਼ ਵਾਸੀਆਂ ਨੂੰ ਕ੍ਰਿਸਮਸ ਦੀ ਅਤੇ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਔਰ ਮੈਂ ਇਹ ਵੀ ਕਾਮਨਾ ਕਰਦਾ ਕਿ ਜਿਸ ਤਰ੍ਹਾਂ 2019 ਪੂਰੇ ਦੇਸ਼ ਲਈ ਬੜਾ ਹੀ ਇੱਕ ਖੁਸ਼ੀਆਂ ਵਾਲਾ, ਬੜਾ ਤਰੱਕੀਆਂ ਵਾਲਾ ਰਿਹਾ, ਆਉਣ ਵਾਲਾ ਸਾਲ ਵੀ ਇਸ ਤੋਂ ਵੱਧ ਕੇ ਖੁਸ਼ੀਆਂ ਅਤੇ ਤਰੱਕੀਆਂ ਵਾਲਾ ਹੋਵੇ। ਔਰ ਇੱਕ ਮੈਂ ਸੰਦੇਸ਼ ਜ਼ਰੂਰ ਇਸ ਮੌਕੇ 'ਤੇ ਦੇਣਾ ਚਾਹੁੰਦਾ ਕਿ ਪ੍ਰਭੂ ਯਸੂ ਮਸੀਹ ਦਾ ਜਨਮ ਦਾ ਜਿਹੜਾ ਮਕਸਦ ਆ ਉਹ ਕੋਈ ਕਿਸੇ ਵਿਸ਼ੇਸ਼ ਧਰਮ ਦੀ ਜਾਂ ਕਿਸੇ ਵਿਸ਼ੇਸ਼ ਵਪਾਰ ਦੀ ਸਥਾਪਨਾ ਕਰਨ ਦੇ ਲਈ ਨਹੀਂ ਹੋਇਆ। ਪ੍ਰਭੂ ਯਸੂ ਮਸੀਹ ਦਾ ਜਨਮ ਇਸ ਕਰਕੇ ਹੋਇਆ ਕਿ ਜਿਹੜੇ ਅੱਜ ਤੋਂ 2019 ਸਾਲ ਪਹਿਲਾਂ ਲੋਕ ਧਰਮ ਦੇ ਠੇਕੇਦਾਰਾਂ ਦੇ ਚੁਗਲ ਵਿੱਚ ਫਸੇ ਸੀਗੇ, ਔਰ ਜਿਹੜੇ ਧਰਮ ਦੇ ਠੇਕੇਦਾਰ ਸੀ ਉਹ ਵਹਿਮਾਂ ਭਰਮਾਂ ਵਿੱਚ ਫਸਾ ਕੇ ਲੋਕਾਂ ਨੂੰ ਉਹਨਾਂ ਦੀ ਲੁੱਟ ਕਰਦੇ। ਯਸੂ ਮਸੀਹ ਦਾ ਜਨਮ ਇਹ ਹੋਇਆ ਕਿ ਉਹਨਾਂ ਲੋਕਾਂ ਦੇ ਚੁਗਲ 'ਚੋਂ ਛੁਡਾ ਕੇ ਪਰਮੇਸ਼ਵਰ ਦੇ ਨਾਲ ਲੋਕਾਂ ਨੂੰ ਜੋੜਨਾ। ਸੋ ਇਹ ਕ੍ਰਿਸਮਸ ਦਾ ਜਿਹੜਾ ਪ੍ਰੋਗਰਾਮ ਆ ਅਸੀਂ ਬੜੇ ਦਿਨ ਨੂੰ ਸਮਰਪਿਤ ਕਰ ਰਹੇ ਹਾਂ। ਅਸੀਂ ਇਹੋ ਹੀ ਸੰਦੇਸ਼ ਲੋਕਾਂ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਪ੍ਰਭੂ ਯਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਮੰਨੋ, ਪਿਤਾ ਪੁੱਤਰ ਪਵਿੱਤਰ ਆਤਮਾ ਪਵਿੱਤਰ ਬਾਈਬਲ ਦਾ ਸਤਿਕਾਰ ਕਰੋ, ਕਿਉਂਕਿ ਕ੍ਰਿਸਚੈਨਿਟੀ ਦੇ ਵਿੱਚ ਮਸੀਹਤ ਦੇ ਵਿੱਚ ਦੇਹਧਾਰੀ ਗੁਰੂਆਂ ਦੀ ਕੋਈ ਜਗ੍ਹਾ ਨਹੀਂ ਆ। ਇੱਥੇ ਪਿਤਾ ਪੁੱਤਰ ਪਵਿੱਤਰ ਆਤਮਾ ਅਤੇ ਪਵਿੱਤਰ ਬਾਈਬਲ ਹੀ ਮੁੱਖ ਜਿਹੜੀ ਆ ਸਾਰੇ ਕ੍ਰਿਸਚੈਨਿਟੀ ਲਈ ਇੱਕ ਪ੍ਰਮੁੱਖ ਗੱਲ ਹੈਗੀ ਆ। ਔਰ ਅੱਜ ਦੇ ਦਿਨ ਇਹੋ ਹੀ ਮੇਰਾ ਸੰਦੇਸ਼ ਆ ਕਿ ਆਪਾਂ ਬੜੇ ਦਿਨ ਨੂੰ ਬਾਹਰੀ ਖੁਸ਼ੀਆਂ ਲਈ ਨਹੀਂ ਬਲਕਿ ਅੰਦਰੂਨੀ ਖੁਸ਼ੀਆਂ ਦੇ ਲਈ ਮਨਾਈਏ। ਔਰ ਅੰਦਰੂਨੀ ਖੁਸ਼ੀ ਦਾ ਮਤਲਬ ਆ ਕਿ ਯਸੂ ਮਸੀਹ ਨੇ ਬਾਲਕ ਦੇ ਰੂਪ ਵਿੱਚ 2019 ਸਾਲ ਪਹਿਲਾਂ ਜਨਮ ਲੈ ਲਿਆ। ਉਹ ਹਰ ਸਾਲ ਬਾਲਕ ਦੇ ਰੂਪ 'ਚ ਪੈਦਾ ਨਹੀਂ ਹੁੰਦੇ। ਹੁਣ ਪ੍ਰਭੂ ਯਸੂ ਮਸੀਹ ਨੇ ਸਾਡੇ ਦਿਲਾਂ ਵਿੱਚ ਜਨਮ ਲੈਣਾ, ਔਰ ਆਪਾਂ ਉਹਨਾਂ ਨੂੰ ਆਪਣੇ ਦਿਲ ਦੇਈਏ ਤਾਂ ਕਿ ਪ੍ਰਭੂ ਸਾਡੇ ਦਿਲਾਂ 'ਚ ਜਨਮ ਲੈਣ। ਇਸ ਗੱਲ ਨੂੰ ਸਮਰਪਿਤ ਅਸੀਂ ਇੱਕ ਕ੍ਰਿਸਮਸ ਜਿਹੜਾ ਸ਼ੋਭਾ ਯਾਤਰਾ ਦੇ ਰੂਪ ਵਿੱਚ ਅੱਜ ਜਿਹੜਾ ਸੈਲੀਬ੍ਰੇਟ ਕਰਾਂਗੇ। ਥੈਂਕ ਯੂ ਵੈਰੀ ਮੱਚ।